ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਘਟਨਾ ਨੂੰ ਆਗੂ ਸਾਹਿਬਾਨਾਂ ਨੇ ਬਿਆਨ ਹੀ ਦਿੱਤਾ ਹੋਇਆ ਆ। ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਜੋ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹਰਕਤ ਕੀਤੀ ਜਾ ਰਹੀ ਹੈ, ਇਹ ਇਕੱਲਾ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਹੀ ਨਹੀਂ ਪਹੁੰਚਾਈ ਜਾ ਰਹੀ, ਇਕੱਲੀ ਸੱਟ ਹੀ ਨਹੀਂ ਮਾਰੀ ਜਾ ਰਹੀ, ਬਲਕਿ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਇਹਦੇ ਵੱਲੋਂ ਜਿਹੜਾ ਆ ਵੰਗਾਰਿਆ ਜਾ ਰਿਹਾ ਆ। ਸੋ ਅੱਜ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਯਾਦ ਪੱਤਰ ਦਿੱਤਾ ਕਿ ਇਸ ਪੁਲਿਸ ਦੇ ਵਾਲੇ ਉੱਤੇ ਤੁਰੰਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ, ਧਾਰਮਿਕ ਭਾਵਨਾਵਾਂ ਭੜਕਾਉਣ ਦਾ ਵੀ ਇਹਦੇ ਉੱਤੇ ਜਿਹੜਾ ਪਰਚਾ ਆ ਉਹ ਦਰਜ ਕੀਤਾ ਜਾਵੇ, ਇਹਨੂੰ ਨੌਕਰੀ ਤੋਂ ਜਿਹੜਾ ਬਰਖਾਸਤ ਆ ਉਹ ਕੀਤਾ ਜਾਵੇ, ਇਹਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਸਿੱਖ ਨੌਜਵਾਨ ਜਜ਼ਬਾਤੀ ਹੋ ਕੇ ਫਿਰ ਇਹਨੂੰ ਜੇਕਰ ਸਬਕ ਸਿਖਾ ਦਿੰਦੇ ਆ ਤਾਂ ਫਿਰ ਬਾਅਦ ਵਿੱਚ ਜਿਹੜਾ ਸਿਸਟਮ ਆ ਉਹ ਚੀਕਾਂ ਨਾ ਮਾਰੇ। ਸੋ ਮੌਕੇ ਸਿਰ ਇਹਦੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ। ਸ੍ਰੀ ਦਰਬਾਰ ਸਾਹਿਬ ਉਹ ਸਿੱਖਾਂ ਦਾ ਕੇਂਦਰੀ ਜਿਹੜਾ ਧਰਮ ਅਸਥਾਨ ਆ, ਇਹਨੂੰ ਅਸੀਂ ਈਸਾਈਅਤ ਦਾ ਜਾਂ ਪਖੰਡਵਾਦ ਦਾ ਜਿਹੜਾ ਅੱਡਾ ਆ ਉਹ ਨਹੀਂ ਬਣਨ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਜੇ ਕ੍ਰਿਸਚਨ ਧਰਮ ਦਾ ਪ੍ਰਚਾਰ ਹੋਵੇਗਾ ਤਾਂ ਫਿਰ ਸਾਡਾ ਥਾਂ ਕਿਹੜਾ ਬਚਿਆ? ਔਰ ਜੇ ਉੱਥੇ ਪ੍ਰਚਾਰ ਕਰਨ ਵਾਲੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ, ਪਤਾ ਨਹੀਂ ਉਹ ਕਿੰਨੇ ਚਿਰ ਦਾ ਇਹ ਪ੍ਰਚਾਰ ਕਰ ਰਿਹਾ। ਸਾਡੇ ਕੋਲ ਤਾਂ ਹੁਣ ਵੀਡੀਓ ਆਈਆਂ ਨੇ ਅਤੇ ਅਸੀਂ ਇਹ ਵੇਖੀਆਂ ਨੇ ਅਤੇ ਅੱਜ ਅਸੀਂ ਇੱਥੇ ਜਿਹੜਾ ਉਹ ਪੁਲਿਸ ਕਮਿਸ਼ਨਰ ਸਾਹਿਬ ਦੇ ਦਫ਼ਤਰ ਇੱਥੇ ਪੇਸ਼ ਹੋਏ ਹਾਂ। ਸਾਰੇ ਸਾਡੇ ਨਾਲ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਸਾਡੇ ਹਾਈ ਕੋਰਟ ਦੇ ਵਕੀਲ ਨੇ ਗੁਰਮੋਹਨਪ੍ਰੀਤ ਸਿੰਘ, ਰਣਜੀਤ ਸਿੰਘ, ਇਸੇ ਤਰ੍ਹਾਂ ਤਰਸੇਮ ਸਿੰਘ, ਸਰਦਾਰ ਨਸੀਬ ਸਿੰਘ, ਜਿੰਨੇ ਵੀ ਸਾਡੇ ਇੱਥੇ ਅਹੁਦੇਦਾਰ ਨੇ, ਲੋਕ ਭਲਾਈ ਇਨਸਾਫ ਵੈਲਫੇਅਰ ਚੇਅਰਮੈਨ, ਤਾਂ ਸਿੱਖ ਧਰਮ ਵੱਲੋਂ ਅਸੀਂ ਇੱਥੇ ਇਹ ਜਿਹੜੀ ਆ ਇਹ ਫੈਲ ਕੀਤੀ ਆ। ਅੱਗੇ ਕੀ ਹੁੰਦਾ? ਔਰ ਸਾਨੂੰ ਸਭ ਤੋਂ ਵੱਡਾ ਦੁੱਖ ਇਹ ਆ ਕਿ ਜੇ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਹੀ ਆ ਕੇ ਇੱਥੇ ਈਸਾਈ ਮਤ ਦਾ ਪ੍ਰਚਾਰ ਹੋਏਗਾ ਔਰ ਸਿਰ 'ਤੇ ਪੱਗ ਬੰਨੇ ਵੇਖਣ ਵਾਲੇ ਨੂੰ ਸਿੱਖ ਲੱਗੇਗਾ, ਉਹਨੇ ਛੋਟੀ ਛੋਟੀ ਦਾੜੀ ਵੀ ਰੱਖੀ ਹੋਈ ਹੈ ਔਰ ਵੇਖਣ ਨੂੰ ਉਹ ਸਿੱਖ ਲੱਗਦਾ ਹੈ, ਅਤੇ ਉੱਥੇ ਉਹ ਕਰ ਕੀ ਰਿਹਾ? ਇੱਕ ਵੀਹ ਚੇਅਰ ਦੇ ਉੱਤੇ ਆਦਮੀ ਬੈਠਾ ਹੈ ਅਤੇ ਉਹਨੂੰ ਇੱਕ ਮੰਤਰ ਕਿਸਮ ਦਾ ਉਹਦੇ ਨਾਲ ਉਹ ਮੰਤਰ ਪੜ੍ਹ ਕੇ ਅਤੇ ਫਿਰ ਉਹਨੂੰ ਕਹਿੰਦਾ ਵੀ ਉੱਠ ਤੁਰ, ਅਤੇ ਉਹਨੂੰ ਉਹ ਤੁਰਨ ਲਾ ਦਿੰਦਾ ਅਤੇ ਫਿਰ ਉਹ ਥੱਲੇ ਜਿਹੜਾ ਲਿਖਿਆ ਵੀ ਆ ਕਿ ਇੱਥੇ ਹੁਣ ਯਸੂ ਮਸੀਹ ਜੀ ਦੀ ਜਿੰਦਾ ਮਿਸਾਲ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਕਿ ਉੱਥੇ ਲੋਕ ਜਿਹੜੇ ਨੇ ਇਹ ਤੁਰ ਰਹੇ ਨੇ। ਸੋ ਸ੍ਰੀ ਦਰਬਾਰ ਸਾਹਿਬ, ਅਸੀਂ ਕਿਸੇ ਧਰਮ ਦੇ ਵਿਰੁੱਧ ਨਹੀਂ, ਚਾਹੇ ਕੋਈ ਕ੍ਰਿਸਚਨ ਧਰਮ ਹੈ, ਹਿੰਦੂ ਧਰਮ ਹੈ, ਮੁਸਲਿਮ ਧਰਮ ਹੈ, ਪਰ ਸਾਡਾ ਮੱਕਾ ਸ੍ਰੀ ਦਰਬਾਰ ਸਾਹਿਬ ਜੇ ਉੱਥੇ ਆ ਕੇ ਇਸ ਤਰ੍ਹਾਂ ਹੋਵੇਗਾ, ਇਸ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇਹ ਬਿਲਕੁਲ ਠੀਕ ਹੈ ਕਿ ਜੇ ਉੱਥੇ ਅਸੀਂ ਤੁਹਾਨੂੰ ਪੁਲਿਸ ਕੋਲ ਆਏ ਹਾਂ, ਉੱਥੇ ਜੇ ਸਾਡੇ ਕੋਈ ਨੌਜਵਾਨ ਇਸ ਤਰ੍ਹਾਂ ਉਹਨੂੰ ਟੱਕਰ ਜਾਂਦੇ ਤਾਂ ਹੋ ਸਕਦਾ ਸੀ ਉੱਥੇ ਕੋਈ ਨੁਕਸਾਨ ਹੁੰਦਾ, ਤਾਂ ਫਿਰ ਇਹ ਹੋਣਾ ਸੀ ਕਿ ਇੱਥੇ ਜੀ ਕ੍ਰਿਸਚਨ ਧਰਮ ਦੇ ਨਾਲ ਸੰਬੰਧਿਤ ਸੀ, ਉਹਦੀ ਕੁੱਟਮਾਰ ਕੀਤੀ ਗਈ ਆ। ਅਸੀਂ ਤਾਂ ਹੁਣ ਆਪਣੀ ਇਹ ਸਮਝ ਤੋਂ ਕੰਮ ਲੈਂਦੇ ਹਾਂ, ਇੱਥੇ ਪੁਲਿਸ ਅਫਸਰਾਂ ਕੋਲ ਆਏ ਹਾਂ, ਲਿਖਤੀ ਕੰਪਲੇਂਟ ਕੀਤੀ ਆ, ਅਤੇ ਇਹਦੇ ਪਿੱਛੇ ਇੱਕ ਬੜੀ ਵੱਡੀ ਸੋਚੀ ਸਮਝੀ ਸਾਜਿਸ਼ ਹੈ। ਜੇ ਇਸੇ ਕਰਕੇ ਤਾਂ ਅਸੀਂ ਆਏ ਕਿ ਇਹਨਾਂ ਲੋਕਾਂ ਨੂੰ ਨੱਥ ਪੈਣੀ ਚਾਹੀਦੀ ਆ ਔਰ ਇਹਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ, ਕਾਨੂੰਨ ਦੇ ਮੁਤਾਬਕ ਇਹਦੇ ਖਿਲਾਫ਼ ਜਿਹੜੀਆਂ ਧਰਾਵਾਂ ਬਣਦੀਆਂ ਨੇ ਉਹ ਲਾ ਕੇ ਅਤੇ ਇਹਨੂੰ ਜਿਹੜਾ ਕੱਲ੍ਹ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਹੋਰ ਆਦਮੀ ਆ ਕੇ ਅਤੇ ਸਿੱਖਾਂ ਦੇ ਵਿੱਚ, ਸਿੱਖ ਧਰਮ ਨੂੰ ਮੰਨਣ ਵਾਲੇ ਅਤੇ ਕ੍ਰਿਸਚਨ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੀ ਆ ਕੋਈ ਦਰਾੜ ਨਾ ਪਵੇ, ਕੋਈ ਇੱਥੇ ਜਿਹੜਾ ਖੂਨ ਖਰਾਬਾ ਨਾ ਹੋਵੇ, ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਜ਼ਿਆਦਾ ਖੂਨ ਖਰਾਬਾ ਹੁਣ ਤੱਕ ਚੱਲ ਚੁੱਕਾ। ਸਾਡੇ ਤਾਂ ਬਹੁਤ ਸਾਰੇ ਪਿੰਡ ਨੇ ਪਰਿਵਾਰਾਂ ਦੇ ਵਿੱਚੋਂ ਉਹ ਰਹਿ ਹੀ ਨਹੀਂ ਗਏ, ਜਿੱਥੇ ਕਿਤੇ ਬਰਾਤਾਂ ਚੜ੍ਹੀਆਂ ਹੁਣ ਬੜੇ ਬੜੇ ਸਾਲ ਬਰਾਤਾਂ ਨਹੀਂ ਚੜ੍ਹੀਆਂ ਅਤੇ ਅੱਜ ਫਿਰ ਉਹ ਹਾਲਾਤ ਪੈਦਾ ਕੀਤੇ ਜਾ ਰਹੇ ਨੇ। ਇਸ ਕਰਕੇ ਹੁਣ ਵੇਖਣਾ ਕਿ ਇਹ ਪੁਲਿਸ ਕੀ ਕਰ ਰਹੀ।